ਨਾਵਾਂ ਜੋ ਦੋਹਾਂ ਵਿੱਚ ਇੱਕ ਹੀ ਹੈ, ਜੋ ਸਾਰਿਆਂ ਵਿੱਚ ਹੀ ਇੱਕ ਹੈ, ਤੇ ਰਾਲੀ ਜੋ ਕੇਵਲ ਭਗਤਾਂ ਵਿੱਚ ਹੈ। ਕਿਵੇਂ ਸੰਗਤ ਭਗਤਾਂ ਜੋਤ ਇੰਨੇ ਹੀ ਸਰਵੇ ਪਰਮਲ ਕਰਨਾ ਕੇਪਟ ਪਾਂਡਾ ਕਹੇ ਨਾ ਤੋਰੇ, ਐਸਾ ਭਗਤ ਵਰਣ ਮੇ ਹੋਏ ਫਿਰ ਨਾਮ ਨਵੇ ਰਹੇ ਲਿਵਲਾਏ, ਨਾਨਕ ਤਿੰਦਾ ਸਿੱਖਿਆ ਪਾਏ। ਨਾ ਜਾਣਾ ਮੂਰਖ ਹੈ, ਨਾ ਜਾਣਾ ਕੁਛ ਸਿਆਣਾ, ਸਦਾ ਸਾਹਿਬ ਕੇ ਰੰਗ ਰਾਤਾ ਅੰਗ ਨਾਮ ਖਾਣਾ। ਬਾਬਾ ਮੂਰਖਾਂ ਨਾਵੇਂ ਗਲ ਜਾਊ, ਤੂੰ ਕਹਤਾ ਤੂੰ ਦਾਨਾ ਆਵੇ ਨਾ ਤੇਰੇ ਨਾਮ ਤਰਾ। ਗੁਰੂ ਦੁਆਰੇ ਨਾ ਪਾਈਏ ਫਿਰ ਸਤਿਗੁਰ ਪੱਲੇ ਨਾ ਪਾਏ, ਸਤਿਗੁਰ ਕੇ ਭਾਣੇ ਮਨ ਵਸੇ ਤਾਂ ਐਨਸ ਰਹੇ ਲਿਵਲਾਏ। ਕਿਉਂਕਿ ਸਤਿਗੁਰ ਦੇ ਵਿੱਚ ਹੱਥ ਵਿੱਚ ਚਾਰ ਪਦਾਰਥ ਹਨ, ਹੱਥ ਵਿੱਚ ਚਾਰ ਪਦਾਰਥ ਹਨ। ਇਸ ਪ੍ਰਕਾਰ ਕੀ ਕਹਿੰਦੇ ਹਨ, ਸਤਿਗੁਰ ਪੁਰਸ਼ ਨਾ ਮਾਰਗ ਚਾਲੀ ਸੁਤੀ ਰਹਿਣ ਵਿਹਾਈ, ਨਾਨਕ ਬਾਲ ਤਨ ਰੰਡੇਕਾ ਬਿਨ ਫਿਰ ਤਨ ਕਮਲਾਣੀ। ਬਾਬਾ ਮੈਂ ਵਰ ਦੇ ਮੈਂ ਹਰ ਵਰ ਭਾਵੇ ਤਿਸਕੀ ਬਲਰਾਮ ਜੀਓ, ਰਬ ਰਿਹਾ ਜੁਗਚਾਰ ਤਿਰ ਭਵਨ ਬਾਣੀ ਜਿਸਕੀ ਬਲਰਾਮ ਜੀਓ। ਇਹ ਪਿਆਰੇ ਸਤਿਗੁਰੂ ਮੈਨੂੰ ਖਸਮ ਵਾਲਾ ਮੇਰ ਕਰ ਮੈਨੂੰ ਪ੍ਰਭੂ ਪਤੀ ਨੂੰ ਪਿਆਰਾ ਲੱਗੇ, ਉਸ ਤੋਂ ਸਦਕੇ ਜਾਵਾਂ ਜੋ ਸਦਾ ਹੀ ਹੱਥਾਂ ਵਿਆਪਕ ਹੈ, ਤੇ ਨਾ ਹੀ ਧਰਮਾਂ ਵਿੱਚ ਜਿਸਦਾ ਹੁਕਮ ਚੱਲ ਰਿਹਾ ਹੈ। ਤੇ ਨਾਨਕ ਅਰਦਾਸ ਕਰਕੇ ਆਖੇ ਸਤਿਗੁਰੂ ਤੇਰੀ ਮਿਹਰ ਹੋਵੇ ਤਾਂ ਸਦਾ ਸਿਰ ਰਹਿਣ ਵਾਲਾ ਪ੍ਰਭੂ ਪਤੀ ਮੈਨੂੰ ਸਦਾ ਪਿਆਰਾ ਲੱਗਦਾ ਰਹੇ, ਜਿਹੜਾ ਪ੍ਰੀਤਮ ਹਰੇਕ ਯੁੱਗ ਵਿੱਚ ਇੱਕ ਸਮਾਨ ਰਹਿਣ ਵਾਲਾ ਹੈ। ਹੇ ਸਤਿਗੁਰੂ ਉਹ ਮਹੂਰਤ ਕਢਾ, ਉਹ ਅਸਰ ਪੈਦਾ ਕਰ ਜਿਸ ਦੀ ਬਰਕਤ ਨਾਲ ਮੈਂ ਵੀ ਪ੍ਰਭੂ ਪਤੀ ਦੀ ਚਰਨਾਂ ਵਿੱਚ ਜੁੜ ਸਕਾਂ। ਹੇ ਸਤਿਗੁਰੂ ਤੇਰੀ ਕਿਰਪਾ ਨਾਲ ਸਜ਼ਾ ਦੇ ਮਾਲਕ ਉਹ ਜੋ ਹੁਕਮ ਕਰਦਾ ਹੈ ਉਹ ਮੇਲ ਦਾ ਅਵਸਰ ਬਣ ਜਾਂਦਾ ਹੈ, ਉਸ ਨੂੰ ਕੋਈ ਅਗਾਹ ਪਛਾਣ ਨਹੀਂ ਕਰ ਸਕਦਾ, ਉਸ ਵਿੱਚ ਕੋਈ ਵਿਘਨ ਨਹੀਂ ਪਾ ਸਕਦਾ। ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਸਰਕਾਰ ਨੇ ਉਹਨਾਂ ਨੂੰ ਉਹਨਾਂ ਦੇ ਮਿਲਾਪ ਜਾਂ ਵਿਛੋੜੇ ਦਾ ਜੋ ਵੀ ਹੁਕਮ ਦਿੱਤਾ ਉਸ ਨੂੰ ਕੋਈ ਉਲੰਘ ਨਹੀਂ ਸਕਦਾ। ਕਿਵੇਂ ਦੋ ਗਏ ਸਿਰੇ ਸਤਿਗੁਰੂ ਨਵੇੜੇ ਸੋ ਗੁਰਜੀ ਜਿਸ ਏਕਲੇ ਵਿਲਾਗੀ, ਜੀਵੇ ਰਹੇ ਨਿਰਭਾਤੀ ਸ਼ਬਦ ਵਿਸਾਇ ਭਰਮ ਚੁਕਾਏ, ਸਦਾ ਸਿਰ ਗੁਰਦਨ ਵਾਤੀ। ਉਪਰ ਗਗਨ ਗਗਨ ਪਰ ਮੁਰਖ ਤਾਕਾ, ਅਗਾਮ ਗੁਰੂ ਪਨਵਾਸੀ, ਗੁਰੂ ਬਚਨੀ ਬਾਹਰ ਏਕੋ ਪ੍ਰਜਾਤਾ, ਨਾਨਕ ਪਿਆਰ ਦਾਸੀ। ਸਤਿਗੁਰ ਜਨਮ ਮਰਨ ਦਾ ਗੇੜ ਮੁਕਾ ਦਿੰਦਾ ਹੈ, ਦੁਨੀਆ ਦੇ ਮਾਇਕ ਪੌਦਿਆਂ ਤੋਂ ਪਹੁੰਚ ਤੋਂ ਦੂਰ, ਉੱਚੇ ਤੋਂ ਉੱਚਾ ਉੱਚ ਪ੍ਰਕਾਸ਼, ਉਹ ਆਤਮਕ ਵਸਤਾ ਜਿੱਥੇ ਸ੍ਰਿਸ਼ਟੀ ਦਾ ਮਾਲਕ ਪ੍ਰਭੂ ਪਰਮਾਤਮਾ ਵਸ ਸਕਦਾ ਹੈ, ਉਸ ਪ੍ਰਭੂ ਦੇ ਮਿਲਾਪ ਦਾ ਉਹ ਟਿਕਾਣਾ ਪਹੁੰਚ ਹੈ। ਕਿਉਂਕਿ ਮੁੜ ਮੁੜ ਜੀ ਮਾਵਲ ਪੱਤਦਾ ਹੈ, ਫਿਰ ਵੀ ਸਤਿਗੁਰ ਦੀ ਰਾਹੀਂ ਉਸ ਟਿਕਾਣੇ ਦਾ ਵਸਨੀਕ ਬਣ ਜਾਈਦਾ ਹੈ। ਨਾਨਕ ਸਤਿਗੁਰ ਦੇ ਦੱਸੇ ਰਾਸਤੇ ਤੁਰ ਤੁਰ ਕੇ ਜਗ ਤੇ ਮੋਹ ਤੋਂ ਅਪਰਾਮ ਹੋ ਗਿਆ। ਇਸ ਤਰ੍ਹਾਂ ਆਪਣੇ ਅੰਦਰ ਸਾਰੇ ਜਗ ਦੇ ਪ੍ਰਭੂ ਨੂੰ ਵੇਖਦਾ ਹੈ। ਕਿਵੇਂ ਕਿਆ ਮਾਂਗੂ ਕਿਆ ਕਹਿ ਸੁਣੀ, ਮੈਂ ਦਰਸ਼ਨ ਭੁੱਖ ਪਿਆਸ ਜੀਓ, ਗੁਰ ਸ਼ਬਦ ਨੇ ਸਵਸ ਪਾਇਆ ਸੱਚ, ਨਾਨਕ ਕੀ ਅਰਦਾਸ ਜੀ। ਨਿਤ ਦੇਖੀਦਾ ਜਗ ਲੋਕ ਤੇ ਹੰਕਾਰ ਦੇ ਵਸ ਹੋ ਕੇ ਆਤਮਕ ਮੌਤ ਤੇ ਮਰਦਾ ਹੈ, ਸਤਿਗੁਰ ਦੀ ਦੱਸੀ ਸੇਵਾ ਕੀਤਿਆਂ ਸਵਸਰ ਪ੍ਰਭੂ ਮਰ ਪੈਂਦਾ ਹੈ, ਤੇ ਲੋਭ ਹੰਕਾਰ ਤੋਂ ਖਲਾਸੀ ਦਾ ਰਸਤਾ ਲੱਭ ਪੈਂਦਾ ਹੈ। ਬਿਨ ਉਪਮਾਨ ਜਗਦੀਸ਼ ਕੀ ਦਿਨ ਸੇ ਨਾ ਅੰਧਿਆਰ, ਜਗ ਬਿਨ ਸੁਰਤ ਹਮ ਦੇਖਿਆ ਲੋਭੇ ਹੰਕਾਰਾ, ਗੁਰ ਸੇਵਾ ਪ੍ਰਭ ਪਾਇਆ ਸੁਰਤ ਮੁਕਤ ਦੁਆਰ। ਜਦ ਗੁਰੂ ਸੇਵਾ ਪ੍ਰਵਾਨ ਚੜ੍ਹਦੀ ਹੈ ਤਾਂ ਇਉਂ ਸੁਜੀ ਕਰਵਾਉਂਦੇ ਹਨ, ਹਮ ਘਰ ਸਾਜਨ ਆਏ ਸਾਚੀ ਮੇਲ ਮਿਲਾਏ, ਸਹਿਜ ਮਿਲੇ ਹਰ ਮਨ ਪਾਏ, ਪੰਚ ਮਿਲੇ ਸੁਖ ਪਾਇਆ,
ਸਾਈ ਵਾਸਤ ਪ੍ਰਾਪਤ ਹੋਈ ਜਿਸ ਸਿੱਤੀ ਮਨ ਲਾਇਆ। ਆਂਦਨ ਮੇਲ ਪਿਆ ਮਨ ਮਾਨਿਆ, ਘਰ ਮੰਦਰ ਸੁਹਾਏ, ਪੰਚ ਸ਼ਬਦ ਤੁਨ ਅਨੰਦ ਬਾਜੇ, ਹਮ ਕਰ ਸਾਜਨ ਆਏ। ਸ਼ਬਦ ਬਹੁਤ ਲੰਬੇਰਾ ਹੋਣ ਕਾਰਨ ਇਸ ਦੀਆਂ ਅਖੀਰੀਆਂ ਪੰਕਤੀਆਂ ਤੁਸੀਂ ਸਰਵਣ ਕਰੋ। ਸਤਿਗੁਰ ਜਾਣੀ ਜਾਣ ਹੈ, ਤੂੰ ਜਾਣ ਗਿਆਨੀ ਅੰਤਰ ਜਾਮੀ, ਆਪੇ ਕਰਨ ਕਰਨਾ, ਸੁਣੋ ਸਖੀ ਮਨ ਮੋਹਣ ਮੋਇਆ, ਮੰਤਨ ਅੰਮ੍ਰਿਤ ਪੀਣਾ। ਆਤਮ ਰਾਮ ਸੰਸਾਰਾ, ਸਾਚਾ ਖੇਲ ਤੁਮਾਰਾ, ਸੱਚ ਖੇਲ ਤੁਮਾਰਾ, ਅਗਮ ਅਪਾਰਾ, ਤੁਝ ਬਿਨ ਕੌਣ ਬੁਝਾਏ, ਸਿੱਧ ਸਾਧਕ ਸਿਆਣੇ ਕੀਤੇ, ਤੁਝ ਬਿਨ ਕਵਣ ਖਾਏ। ਕਾਲ ਵਿਕਾਲ ਭੈ ਦਿਵਾਨੇ, ਮਨ ਨੂੰ ਰਾਖਿਆ ਕੁਰ ਉਠਾਏ, ਨਾਨਕ ਆਪਣ ਸ਼ਬਦ ਜਲਾਏ, ਗੁਣ ਸੰਗਮ ਕਰ ਪਾਏ। ਤੇ ਮੇਰੇ ਗਿਆਨਚੰਦਰੀਓ, ਮੇਰੀ ਸਹੇਲੀਓ, ਆਓ ਪਰਮਾਤਮਾ ਦੀ ਸਿਫਤਾਂ ਦੇ ਗੀਤ ਗਾਓ ਜੋ ਮਨ ਵਿਚ ਹੁਲਾਰਾ ਪੈਦਾ ਕਰਦੇ। ਉਹ ਗੀਤ ਗਾਓ ਜੋ ਅਟਲ ਆਤਮਕ ਆਨੰਦ ਪੈਦਾ ਕਰਦਾ ਹੈ। ਸਿਫਤਾਂ ਦਾ ਉਹ ਗੀਤ ਗਾਓ ਜੋ ਚੌਂ ਯੁਗਾਂ ਵਿਚ ਆਤਮਕ ਹੁਲਾਰਾ ਦੇ ਰੱਖਦਾ ਹੈ। ਉਦੋਂ ਹੀ ਤੁਸੀਂ ਪ੍ਰਭੂ ਨੂੰ ਚੰਗੀਆਂ ਲੱਗੋਗੀਆਂ। ਇਹ ਸਹੇਲੀਓ, ਮੇਰੇ ਹਿਰਦੇ ਨੂੰ ਆਪਣਾ ਘਰ ਬਣਾ ਕੇ ਸੱਜਣ ਪ੍ਰਭੂ ਆਪਣੇ ਘਰ ਵਿਚ ਲਾਇਆ ਹੈ। ਉੱਚਿਤ ਉੱਚ ਆਤਮਕ ਦੇਣ ਵਾਲਾ ਸਤਿਗੁਰੂ ਦੇ ਬਖਸ਼ੇ ਗਿਆਨ ਦਾ ਸੁਰਮਾ ਮੈਨੂੰ ਅੱਖਾਂ ਵਿਚ ਪਾਉਣ ਲਈ ਮਿਲਿਆ ਹੈ। ਉਸ ਦੀ ਵਰਕਤ ਨਾਲ ਸਤਿਗੁਰਾਂ ਨੇ ਤਿੰਨਾਂ ਭਵਨਾਂ ਵਿਚ ਵਿਆਪਕ ਪ੍ਰਭੂ ਦਾ ਦਰਸ਼ਨ ਕਰਾ ਦਿੱਤਾ ਹੈ। ਕਿਵੇਂ, ਕਿਸਨੇ ਕਰਾਇਆ ਦਰਸ਼ਨ? ਆਪ ਸੂਝੀ ਕਰਵਾਉਣੇ। ਜਿਨ ਕੇ ਹਿਰਦੇ ਹਰ ਹਰ ਸੋਈ, ਤਿੰਨ ਕਾ ਦਸਤ ਪਰਸ ਸੁਖ ਹੋਈ, ਸਰਬ ਜੀਵੇ ਏਕੋ ਰਵੇ, ਮਨਮੁਖ ਅਹੰਕਾਰੀ ਫਿਰ ਜੁਨੀ ਪਵੇ। ਸੋ ਬੂਝੇ ਜੋ ਸਤਿਗੁਰ ਪਾਏ, ਹਉਮੈ ਮਾਰਗ ਸ਼ਬਦ ਪਾਏ, ਹਰ ਉਰਧ ਕੀ ਸੰਤ ਕੋ ਜਾਣੈ, ਗੁਰਮੁਖ ਹੈ ਸੰਤ ਮਿਲ ਮਨ ਮਾਨੈ, ਹਮ ਪਾਪੀ ਨਿਰਗੁਣ ਕੋ ਗੁਣ ਕਰੀਐ, ਪ੍ਰਭ ਹੋ ਦਿਆਲ ਨਾਨਕ ਜਨ ਕਰੀਐ। ਇਹਨਾਂ ਮਨੁੱਖਾਂ ਦੇ ਹਿਰਦੇ ਵਿਚ ਉਹ ਦਇਆਨੰਦ ਪ੍ਰਮਾਤਮਾ ਵਸਦਾ ਹੈ, ਉਸਦਾ ਦਰਸ਼ਨ ਕੀਤਿਆਂ ਆਤਮਕ ਆਨੰਦ ਮਿਲਦਾ ਹੈ, ਉਹਨਾਂ ਦਾ ਦਰਸ਼ਨ ਕੀਤਿਆਂ ਆਤਮਕ ਆਨੰਦ ਮਿਲਦਾ ਹੈ। ਸਤਿਗੁਰ ਦੀ ਮਤ ਦੀ ਸਹਾਇਤਾ ਨਾਲ ਮੈਂ ਮੁੜ ਮੁੜ ਆਪਣਾ ਖੋਜ ਕੇ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਪੀਂਦਾ ਹਾਂ। ਦੂਜਿਆਂ ਦੀ ਵਧੀਕੀ ਸਹਾਰਨ ਦਾ ਸੁਭਾਅ ਪਕਾ ਲੈਂਦਾ ਹਾਂ ਤੇ ਆਪਣਾ ਮਨ ਆਪਣੇ ਸਤਿਗੁਰੂ ਦੇ ਲੀਨ ਵਿਚ ਕਰ ਦਿੱਤਾ ਹੈ। ਮੇਲ ਪਿਆ ਸਤਿਗੁਰੂ ਬੁਲਾਇਆ, ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨਾ ਜਾਣ ਦੁਆ ਪੀਆ, ਏਕੋ ਏਕ ਸੋ ਅਪਰ ਅੰਪਰਾਂਤਰ ਪਰਖ ਖਜ਼ਾਨੇ ਪਾਈ ਦਾ। ਖਿਨ ਮੈਂ ਮੂਏ ਜਾਂ ਸ਼ਬਦ ਪਛਾਣਿਆ, ਅਸਥਿਰ ਚੀਤ ਮਰਨ ਮਨ ਮਾਨਿਆ, ਗੁਰ ਕੇ ਕਿਰਪਾ ਤੇ ਨਾਮ ਪਛਾਣਿਆ, ਗਗਨ ਗੰਭੀਰ ਗੰਗਨਾਂਤਰ ਵਾਸ, ਗੁਣ ਗਾਵੇ ਸੁਖ ਸਹਿਜ ਨਿਵਾਸ। ਗਿਆ ਨਾ ਆਵੇ ਆਏ ਨਾ ਜਾਏ, ਗੁਰ ਪ੍ਰਸਾਦੀ ਰਹੇ ਲਗਲਾਏ। ਜਗਤ ਸਵਾਰਥ ਵਿਚ ਪਸ਼ੂ ਬਣਿਆ ਪਿਆ ਹੈ, ਹਉਮੈ ਮੌਤ ਇਸ ਦੇ ਆਤਮਕ ਜੀਵਨ ਦਾ ਸਤਿਆਨਾਸ ਕਰਦੀ ਹੈ। ਜਿਹੋ ਜਿਹੀ ਕਰਤੂਤ ਕੋ ਜੀਵ ਕਰਦਾ ਹੈ, ਉਹ ਜਿਹਾ ਉਸਨੂੰ ਫਲ ਮਿਲਦਾ ਹੈ। ਪਰ ਜਿਸ ਕਰਤਾ ਮੈਂ ਇਹ ਮਰਿਆਦਾ ਬਣਾਈ ਹੈ, ਉਸ ਦੀ ਕਦਰ ਉਹ ਆਪ ਜਾਣਦਾ ਹੈ। ਇਸ ਮਰਿਆਦਾ ਵਿਚ ਕੋਈ ਵਿਘਨ ਉਪਾਈ ਨਹੀਂ ਦੱਸੀ ਜਾ ਸਕਦੀ। ਜਿਨ੍ਹਾਂ ਨੇ ਨਾਨਕ ਨੂੰ ਇੰਤਜ਼ਾਰ ਕਰਵਾਇਆ, ਉਹਨਾਂ ਨੂੰ ਉੱਤਮ ਸ੍ਰੇਸ਼ਟ ਐਲਾਨਿਆ ਗਿਆ ਹੈ। ਪਰ ਇਸ ਪਸ਼ੂ ਜਗਤ ਨੂੰ ਬਹੁਤ ਨੀਵਾਂ ਕਰਕੇ ਪ੍ਰਚਾਰ ਕਰ ਰਿਹਾ ਹੈ। ਪਰ ਨਾਨਕ ਜੀ ਉਲਟ ਫਰਮਾ ਰਹੇ ਹਨ, ਕਿਵੇਂ ਪੰਡਿਤ ਪੜ ਪੜ ਬਾਰ ਵਿਖਾਣੇ, ਤਿੰਨਾ ਬੂਝ ਨਾ ਪਾਏ, ਵਿਖਿਆ ਮਾਸਤੇ ਭਰਮ ਭੁਲਾਏ, ਉਪਦੇਸ਼ ਕਹੋ ਕਿਸ ਪਾਈ। ਭਗਤ ਜਿਨਾ ਕੀ ਉੱਤਮ ਬਾਣੀ ਜੁਗ ਜੁਗ ਰਹੀ ਸਮਾਈ, ਬਾਣੀ ਲਾਗੇ ਸੋਭਤ ਪਾਏ, ਸ਼ਬਦ ਸੱਚ ਸਮਾਏ।
ਪੰਡਿਤ ਲੋਕ ਪੁਰਾਣ ਪੁਸਤਕਾਂ ਪੜ੍ਹਦੇ ਹਨ, ਭਾਈ ਪਾਠ ਕਰਦੇ ਹਨ, ਇਹਨਾਂ ਪਾਠ ਇਹਨਾਂ ਨੂੰ ਪੜ੍ਹ ਕੇ ਸਰੋਤਿਆਂ ਨੂੰ ਦੇਵਤਿਆਂ ਅਲਕ ਪਰਸਪਰ ਲੜਾਈ ਝਗੜਾ ਸੁਣਾਉਂਦੇ ਹਨ, ਪਰ ਇਸ ਤਰ੍ਹਾਂ ਉਹਨਾਂ ਨੂੰ ਆਪ ਉੱਚੀ ਆਤਮਕ ਜੀਵਨ ਦੀ ਸੂਝ ਨਹੀਂ। ਮਾਇਆ ਦੇ ਮੋਹ ਵਿਚ ਫਸੇ ਪੰਡਿਤ ਲੋਕ ਭੁੱਕ ਭਟਕਣਾ ਦੇ ਕਾਰਨ ਆਪ ਰਹੇ ਪਏ ਰਹਿੰਦੇ ਹਨ, ਹੋਰਨਾਂ ਨੂੰ ਵੀ ਪਾਉਂਦੇ ਹਨ। ਭਾਈ ਉਹ ਹੋਰ ਕਿਸ ਨੂੰ ਸਿੱਖਿਆ ਦਿੰਦੇ ਹਨ? ਉਹਨਾਂ ਦੀ ਸਿੱਖਿਆ ਕਿਸੇ ਹੋਰ ਨਾਲ ਕੀ ਲਾਭ ਹੋ ਸਕਦਾ? ਪਰਮਾਤਮਾ ਦੀ ਬਾਣੀ, ਪਰਮਾਤਮਾ ਦੀ ਭਗਤੀ ਕਰਨ ਵਾਲੇ ਭਗਤਾਂ ਦੇ ਸ੍ਰੇਸ਼ਠ ਉੱਤਮ ਵਚਨ ਹਰੇਕ ਯੁੱਗ ਵਿਚ ਆਪਣਾ ਪ੍ਰਭਾਵ ਪਾਉਂਦੇ ਹਨ। ਅੰਮ੍ਰਿਤ ਬਾਣੀ ਭਗਤ ਜਨਾ ਕਿ ਮੇਰੀ ਜ਼ਿੰਦਗੀ ਹੈ, ਮਨ ਸੁਣੀਏ ਹਾਲੇ ਬੁਲਾਏ ਰਾਮ, ਸ੍ਰੀ ਮਿਸ਼ਨ ਹਰ ਕਾ ਪਾਇਆ ਗਲ ਮਿਲਿਆ ਸਹਿਜ ਸੁਭਾਏ ਰਾਮ, ਕਹਿੰਦਾ ਨਾਨਕ ਮਨ ਆਨੰਦ ਪਿਆ ਮੇਰੀ ਜ਼ਿੰਦਗੀ ਹੈ, ਆਨੰਦ ਸ਼ਬਦ ਵਿਚਾਏ ਰਾਮ। ਜਿਨ੍ਹਾਂ ਪ੍ਰਭੂ ਦੇਖਿਆ ਤੇ ਦੂਸਰਿਆਂ ਨੂੰ ਦਿਖਾਇਆ ਸਿਖਾਇਆ ਕਿ ਉਹ ਹੈ ਕਿ ਕਿਸ ਤਰ੍ਹਾਂ ਉਸ ਦੀ ਪਛਾਣ ਕਰ ਸਕੀ ਹੈ, ਸਤਿਗੁਰੂ ਅਰਦਾਸ ਜੀ ਉਹ ਅੱਖ ਦੀ ਕਥਾ ਕਰਦੇ ਅਲੰਕਾਰ ਰਾਹੀਂ ਸਮਝਾ ਦਿੰਦੇ ਨੇ। ਉਹਨਾਂ ਦੀ ਉੱਤਮ ਸ੍ਰੇਸ਼ਟ ਨੂਰੀ ਇਲਾਹੀ ਅੰਮ੍ਰਿਤਮਈ ਨਿਰੰਕਾਰੀ ਰਚਨਾ ਤੁਸੀਂ ਇਕਾਗਰ ਹੋ ਕੇ ਫਿਰ ਸਰਵਣ ਕਰੋ, ਸਭ ਦੁੱਖ ਕਲੇਸ਼ ਦੁੱਖ ਦਲਿੱਦਰ ਨਿਵਾਰਨ ਹੋਣਗੇ। ਸੁਖ ਸਾਗਰ ਸੂਤਰ ਚਿੰਤਾਮਨ ਕਾਮ ਧੇਨ ਵਸ ਜਾ ਕੇ ਰੇ, ਚਾਰ ਪਦਾਰਥ ਅਸ਼ਟ ਮਹਾਨਿਦ ਨਵਨਿਦ ਕਪਲਤਾ ਕੇ ਰੇ, ਹਰ 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 ਨ ਜਪ ਸਰਸਨਾ ਅਵਰ ਸਭ ਸ਼ਾਡ ਵਚਨ ਰਚਨਾ ਇੱਕ ਰਹਾਓ, ਨਾਨਾ ਖਿਆਨ ਪ੍ਰਾਣ ਵੇਦ ਬੁੱਧ ਚੌਥੀ ਅਕਸ਼ਰ ਮਾਹੀ, ਵਿਰਾਸ ਵਿਚਾਰ ਕਿਹੋ ਪਰਮਾਰਥ ਰਾਮ ਨਾਮ ਸਰਣਾਹੀ, ਸਹਿਜ ਸਮਾਧ ਉਪਾਧ ਰਹਿਤ ਹੋਏ ਬੜੇ ਭਾਗ ਦੇ ਬਲਾਗੀ, ਕਹਿਰ ਅਵਦਾਸ ਉਦਾਸ ਦਾਸ ਮਤ ਜਨਮ ਮਰਨ ਪੈ ਭਾਗੀ। ਅੱਜ ਬਸ ਇੰਨਾ ਹੀ ਮਿਲਦਾ।